ਅਤੇ ਕੀ ਜਿਹੜਾ ਹੈ ਤੁਸੀਂ SSP ਸਾਹਿਬ ਨੂੰ ਲੈਟਰ ਦਿੱਤੀ ਹੈ, ਕੀ ਹੈ ਸਾਰਾ ਮਸਲਾ ਜੀ? ਮੇਰਾ ਨਾਮ ਜਗਦੀਸ਼ ਕੌਰ ਸੰਧੂ, ਸ਼ੌਰਿਆ ਚੱਕਰ ਵਿਨਰ, ਵਾਈਫ ਆਫ ਸ਼ਹੀਦ ਬਲਵਿੰਦਰ ਸਿੰਘ ਸੰਧੂ, ਸ਼ੌਰਿਆ ਚੱਕਰ ਵਿਨਰ। ਸਾਨੂੰ ਬੇਟੇ ਨੂੰ 18 ਜੁਲਾਈ ਨੂੰ ਰਾਤ 1 ਵਜੇ ਵਿਦੇਸ਼ੋਂ ਫੋਨ ਆਇਆ ਸੀ, ਜਿਹਦੇ ਵਿੱਚ ਬਹੁਤ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਤੇ ਕੀ ਮੰਗ ਕੀਤੀ ਤੁਸੀਂ SSP ਸਾਹਿਬ? SSP ਸਾਹਿਬ ਤੋਂ ਅਸੀਂ ਮੰਗ ਕੀਤੀ ਸੀ ਕਿ ਸਾਡੇ ਪਰਿਵਾਰ ਨੂੰ ਜਿਹੜੀ ਹੋਰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਜਿਵੇਂ ਕਿ ਸਾਨੂੰ ਪਤਾ ਲੱਗਿਆ ਆ ਕਿ ਜਦੋਂ ਤੋਂ ਕਾਮਰੇਡ ਸਾਹਿਬ ਦੀ ਸ਼ਹੀਦੀ ਉੱਤੋਂ ਲੈ ਕੇ ਹੁਣ ਤੱਕ ਸਾਡੇ ਨਾਂ 'ਤੇ ਜਿਹੜੀ ਉਹ ਗਾਰਡ ਬੋਲ ਰਹੀ ਹੈ, ਕਾਗਜ਼ਾਂ 'ਚ ਬੋਲ ਰਹੀ ਹੈ, ਪਰ ਬੰਦਾ ਕੋਈ ਅਵੇਲੇਬਲ ਨਹੀਂ ਆ। ਅਤੇ ਜਿਹੜੀ ਸਾਡੀ ਸਿਕਿਉਰਿਟੀ ਵਧਾਈ ਜਾਵੇ, ਕਿਉਂਕਿ ਸਾਡੀ ਫੈਮਿਲੀ, ਸਾਡਾ ਪਰਿਵਾਰ ਇੰਟਰਨੈਸ਼ਨਲ ਲੈਵਲ 'ਤੇ ਹੇਠ ਲਿਸਟ 'ਤੇ ਆ। ਇਸ ਵਾਸਤੇ ਸਾਡੀ ਜ਼ਰੂਰਤ ਬਣਦੀ ਕਿ ਸਿਕਿਉਰਿਟੀ ਵਧਾਈ ਜਾਵੇ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਗੱਲ ਦੀ ਮੈਂ ਜਾ ਕੇ SSP ਸਾਹਿਬ ਨੂੰ ਮਿਲੀ ਸੀਗੀ ਕਿ ਇੱਕ ਤਾਂ ਸਾਡੇ ਹਥਿਆਰ ਬਦਲੇ ਜਾਣ, ਸਾਨੂੰ ਬਿਲਕੁਲ ਜਿਹੜੇ ਆਧੁਨਿਕ ਆਟੋਮੈਟਿਕ ਹਥਿਆਰ ਦਿੱਤੇ ਜਾਣ, ਅਤੇ ਦੂਸਰਾ ਸਾਡੀ ਸਿਕਿਉਰਿਟੀ ਵਧਾਈ ਜਾਵੇ। ਹੁਣ ਤੱਕ ਕਿੰਨੇ ਬਾਡੀਗਾਰਡ ਨੇ ਜੀ ਤੁਹਾਡੇ ਕੋਲ? ਸਾਡੇ ਕੋਲ ਸਿਰਫ 4 ਬਾਡੀਗਾਰਡ ਨੇ। ਅਤੇ 2 ਹਾਜ਼ਰ ਰਹਿੰਦੇ, 2 ਛੁੱਟੀ 'ਤੇ ਚਲੇ ਜਾਂਦੇ ਜੀ? ਇਹਦੇ ਨਾਲ ਨਾ ਜੀ, ਤੁਸੀਂ ਕੀ ਸਰਕਾਰ ਤੋਂ ਮੰਗ ਕਰਦੇ ਜੇ ਕੀ ਤੁਹਾਡੇ ਬੇਟਿਆਂ ਨੂੰ ਜਾਨ ਦਾ ਖਤਰਾ ਹੈ, ਉਹਦੇ ਵਾਸਤੇ ਸਕੂਲ ਦੀ ਕਿੰਨੀ ਕੁ ਵਧਾਈ ਜਾਵੇ ਜੀ? ਦੇਖੋ ਜੀ, ਸਾਡੇ ਪਰਿਵਾਰ ਦੇ ਮੈਂਬਰਾਂ ਨੇ ਬਾਹਰ ਜਾਣਾ ਆਉਣਾ, ਮੈਂ ਵੀ ਜਾਣਾ, ਘਰ ਪਰਿਵਾਰ ਵਾਸਤੇ ਵੀ ਸੁਰੱਖਿਆ ਚਾਹੀਦੀ। ਘੱਟੋ ਘੱਟ 10 ਮੁਲਾਜ਼ਮ ਜਿਹੜੇ ਸਾਡੀ ਸਿਕਿਉਰਿਟੀ ਵਾਸਤੇ ਦਿੱਤੇ ਜਾਣੇ ਚਾਹੀਦੇ। ਸਰਕਾਰ ਕੋਲ ਕੀ ਮੰਗ ਕਰਦੇ? ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਕਾਮਰੇਡ ਸਾਹਿਬ, ਪਹਿਲੀ ਤਾਂ ਗੱਲ ਇਹ ਹੈ ਕਿ ਸਰਕਾਰ ਦੀ ਨਲਾਇਕੀ, ਅਤੇ ਪਤਾ ਨਹੀਂ ਕਿਹੜੇ ਪੁਲਿਸ ਆਫਿਸਰ ਨੇ ਕਾਮਰੇਡ ਸਾਹਿਬ ਦੀ ਸਿਕਿਉਰਿਟੀ ਵਿਦਰੋਹ ਕੀਤੀ। ਸਿਕਿਉਰਿਟੀ ਵਿਦਰੋਹ ਨਾ ਕਰਦੇ ਤਾਂ ਅੱਜ ਇਹ ਸਾਡੇ ਨਾਲ ਇਹ ਕੁਛ ਨਾ ਵਾਪਰਦਾ। ਸਾਡੇ ਪਰਿਵਾਰ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਮੈਂ ਸਮਝਦੀ ਬੜਾ ਵੱਡਾ ਘਾਟਾ ਹੈ ਕਾਮਰੇਡ ਸਾਹਿਬ ਦੇ ਸ਼ਹੀਦ ਹੋਣ ਨਾਲ। ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਦਿਆਂ ਆ ਕਾਮਰੇਡ ਸਾਹਿਬ ਦੀ ਸਿਕਿਉਰਿਟੀ ਵਿਦਰੋਹ ਕਰ ਲਈ, ਜਿਹਦਾ ਕਰਕੇ ਇਹ ਗੱਲ ਵਾਪਰ ਗਈ ਜੀ। ਹਾਂਜੀ, ਮੈਂ ਇਹਦੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹੁਣ ਵੀ ਸਾਡਾ ਪਰਿਵਾਰ ਹੇਠ ਲਿਸਟੇ ਆ। ਮੈਂ ਬੜੀ ਵਾਰੀ ਜਾ ਕਰਕੇ ਆਫਿਸਰ ਜੀ ਨੂੰ ਮਿਲ ਕੇ ਆਈ ਹੈ ਕਿ ਸਾਡੇ ਪਰਿਵਾਰ ਦੀ ਸਿਕਿਉਰਿਟੀ ਵਧਾਈ ਜਾਵੇ। ਜੇ ਸਾਡੀ ਸਿਕਿਉਰਿਟੀ ਨਹੀਂ ਵਧਾਈ ਜਾਂਦੀ, ਸਾਡੇ ਪਰਿਵਾਰ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਜੇ ਸਾਡੇ ਇਨ ਫਿਊਚਰ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਆ, ਤਾਂ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ।